ਸ਼੍ਰੀ ਆਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋਂ ਨੌ ਹਲਕਾ ਇਨ ਚਾਰਜਾਂ ਦਾ ਐਲਾਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨੌ ਹਲਕਿਆਂ ਦੇ ਇਨਚਾਰਜਾਂ ਦੀ ਨਿਯੁਕਤੀ ਕੀਤੀ ਹੈ ਇਸ ਸਬੰਧੀ ਆਪ ਪੰਜਾਬ ਨੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਇਨਚਾਰਜ ਜਰਨੈਲ ਸਿੰਘ ਦੇ ਦਸਖਤਾਂ ਹੇਠ ਸੂਚੀ ਜਾਰੀ ਕੀਤੀ ਗਈ ਕਿਸਾਨ ਅੰਦੋਲਨ ਦੇ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਕਰ ਰਹੀ ਹੈ ਮੋਦੀ ਸਰਕਾਰ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੰਗਰੇਜ਼ੀ ਹਕੂਮਤ ਦੀ ਫੁੱਟ ਪਾਓ ਤੇ ਰਾਜ ਕਰੋ ਨੀਤੀ ਤੋਂ ਚਾਰ ਕਦਮ ਅੱਗੇ ਵਧਦੀ ਹੋਈ ਲੜਾ ਲੜਾਓ ਤੇ ਰਾਜ ਕਰੋ ਦੀ ਨਫ਼ਰਤ ਭਰੀ ਨੀਤੀ ਤੇ ਉਤਰਾਈ ਹੈ ਇਸ ਸਿਲਸਿਲੇ ਦੇ ਵਿੱਚ ਕਿਸਾਨ ਅੰਦੋਲਨ ਨੂੰ ਤੋੜਨ ਦੀਆਂ ਕੋਝੀਆਂ ਚਾਲਾਂ ਚੱਲ ਰਹੀਆਂ ਤਾਂ ਜੋ ਕਾਲੇ ਖੇਤੀ ਕਾਨੂੰਨਾ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕੀਤਾ ਜਾਵੇ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਸੰਸਦ ਦੇ ਬਾਹਰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਲਗਾਤਾਰ 7ਵੀਂ ਵਾਰ ਸੰਸਦ ਦੇ ਵਿੱਚ ਕੰਮ ਰੁਕੂ ਮਤਾ ਪੇਸ਼ ਕੀਤਾ ਹੈ ਜਾਰੀ ਬਿਆਨ ਰਾਹੀਂ ਮਾਨ ਨੇ ਕਿਹਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ ਨੇ ਦੇਸ਼ ਦੇ ਇੱਕ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕੀ ਪੈਦਾ ਕਰ ਰਿਹਾ ਹੈ ਮਾਨ ਨੇ ਕਿਹਾ ਹੈ ਕਿ ਸ਼ਹੀਦ 에ਜਮ ਭਗਤ ਸਿੰਘ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਅਤੇ ਸਰ ਛੋਟੂ ਰਾਮ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੇ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਚੱਲਦਾ ਕਰਨਾ ਬਹੁਤ ਜ਼ਰੂਰੀ ਹੈ ਮੌਂਟੇਕ ਸਿੰਘ ਆਲੂਵਾਲੀਆ ਕਮੇਟੀ ਵੱਲੋਂ ਪ੍ਰੋਫੈਸ਼ਨਲ ਟੈਕਸ 12000 ਕਰਨ ਦੀ ਸਿਫਾਰਿਸ਼ ਸ਼ਰਾਬ ਤੇ ਐਕਸਾਈਜ਼ ਡਿਊਟੀ ਵਧਾਉਣ ਦੀ ਵੀ ਸਿਫਾਰਿਸ਼ ਪੰਜਾਬ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਲਈ ਮੌਨਟੇਕ ਸਿੰਘ ਆਲੂ ਵਾਲੀਆ ਦੀ ਕਮੇਟੀ ਨੇ ਐਕਸਾਈਜ਼ ਡਿਊਟੀ ਵਧਾਉਣ ਰੋਡਵੇਜ ਤੇ ਪੈਪਸੂ ਕਾਰਪੋਰੇਸ਼ਨ ਵਿੱਚ ਰਲੇਵਾ ਕਰਨ ਜਾਂ ਨਵੀਂ ਕਾਰਪੋਰੇਸ਼ਨ ਬਣਾਉਣ ਪ੍ਰੋਫੈਸ਼ਨਲ ਟੈਕਸ 2500 ਤੋਂ ਵਧਾ ਕੇ 12000 ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਉਹਨਾਂ ਨੇ ਦਲੀਲ ਦਿੱਤੀ ਕਿ 2500 ਰੁਪਏ ਤੱਕ ਟੈਕਸ ਲਾਉਣ ਦੀ ਹੱਦ 1988 ਵਿੱਚ ਤੈਅ ਕੀਤੀ ਗਈ ਸੀ 2500 ਰੁਪਏ ਸਾਲਾਨਾ ਪ੍ਰੋਫੈਸ਼ਨਲ ਟੈਕਸ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਹਵਾਲਾ ਦਿੱਤਾ ਯਾਦ ਰਹੇ ਕਿ ਕੈਪਟਨ ਸਰਕਾਰ ਨੇ ਸੂਬੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਲਿਆਉਣ ਦੇ ਲਈ ਕਰੀਬ 1.5 ਸਾਲ ਪਹਿਲਾਂ ਮੌਂਟੇਕ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਸੀ ਜਿਸ ਨੇ ਆਪਣੀ ਮੁਕੰਮਲ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ ਕਮੇਟੀ ਨੇ ਸਰਕਾਰ ਨੂੰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਤੇ ਐਕਸਾਈਜ਼ ਡਿਊਟੀ ਵਧਾਉਣ ਦੀ ਵੀ ਸਿਫਾਰਿਸ਼ ਕੀਤੀ ਹੈ ਜਿਸ ਨੂੰ ਸਰਕਾਰ ਨੇ ਮੰਨ ਲਿਆ ਪੰਜਾਬ ਸਰਕਾਰ ਦੇ ਸਭ ਤੋਂ ਵੱਡਾ ਭਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦਾ ਹੈ ਇਸ ਲਈ ਭਵਿਕ ਵਿੱਚ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲ ਅਨੁਸਾਰ ਕੀਤੀ ਜਾਵੇ ਪੰਜਾਬ ਸਰਕਾਰ ਨੇ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲ ਦੇ ਅਨੁਸਾਰ ਕਰਨ ਦਾ ਫੈਸਲਾ ਕੀਤਾ ਹੁਣ ਤੱਕ ਪੰਜਾਬ ਸਰਕਾਰ ਨੇ ਆਪਣੀਆਂ ਤਨਖਾਹ ਕਮਿਸ਼ਨ ਗਠਿਤ ਕਰਦੀ ਸੀ ਕਮੇਟੀ ਨੇ ਕਿਹਾ ਕਿ ਸਰਕਾਰ ਹੁਣ ਆਪਣਾ ਕੁੱਲ ਖਰਚਾ 33.5 ਫੀਸਦੀ ਤੇ ਆਮਦਨੀ ਦਾ 42.4 ਫੀਸਦੀ ਤਨਖਾਹ ਤੇ ਪੈਨਸ਼ਨ ਤੇ ਖਰਚ ਕਰ ਸਕਦੀ ਹੈ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਸਵਾਗਤ ਮੌਕੇ ਗੁਰਦੁਆਰਾ ਸਾਹਿਬ ਚ ਹੋਈ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਵਿੱਚ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚ ਨੇ ਖੋਲਿਆ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਇੰਟਰਨੈਸ਼ਨਲ ਪੱਧਰ ਦੇ ਕੋਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦੇ ਨਜ਼ਾਰੇ ਜਿਸ ਦੇ ਚੱਲਦੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਗਿਆ ਹੈ ਕਿ ਸਰਕਾਰ ਬੀਤੇ 15 ਸਾਲਾਂ ਤੋਂ ਸਾਡੇ ਉਹਨੇ ਗੁਣੀਆਂ ਤਨਖਾਹਾਂ ਤੇ ਨੌਕਰੀਆਂ ਕਰਵਾ ਰਹੀ ਆ ਪਰ ਅੱਜ ਤੱਕ ਸਾਨੂੰ ਨਾ ਰੈਗੂਲਰ ਕੀਤਾ ਗਿਆ ਨਾ ਹੀ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦੇ ਸਬੰਧੀ ਵੱਖ-ਵੱਖ ਰਾਜਾਂ ਤੋਂ ਆਏ ਹੋਏ ਨੈਸ਼ਨਲ ਇੰਟਰਨੈਸ਼ਨਲ ਕੋਸ਼ ਰਾਜਵਿੰਦਰ ਕੌਰ ਜਸਵੰਤ ਢਿੱਲੋਂ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ 3 ਦਿਨ ਗਰਾਊਂਡ ਦੇ ਵਿੱਚ ਆਉਣਾ ਪੈਂਦਾ ਇਹ ਦਿਨ ਦੇ ਵਿੱਚ 3-3 ਵਾਰ ਜਿਸ ਦੇ ਚੱਲਦੇ 15000 ਤਨਖਾਹ ਵਿੱਚੋਂ 6000 ਪੈਟਰੋਲ ਦਾ ਲੱਗ ਜਾਂਦਾ ਤੇ ਘਰ ਚਲਾਉਣਾ ਬਹੁਤ ਔਖਾ ਹੋ ਜਾਂਦਾ ਸਿਆਸੀ ਪਾਰਟੀਆਂ ਵੱਲੋਂ ਚੋਣਾਂ 'ਚ ਪਾਵਰ ਕਾਮ ਨੂੰ ਹੀ ਕਿਉਂ ਬਲੀ ਦਾ ਬੱਕਰਾ ਬਣਾਇਆ ਜਾਂਦਾ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵਾਤੋਵਾਦ ਸ਼ੇਅਰ ਕਰਨਾ ਨਾ ਭੁੱਲਿਓ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੇ ਵਿੱਚ ਪਾਵਰ ਕਾਮ ਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਜਾਂਦਾ ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਸ਼ੁਰੂ ਹੁੰਦਾ ਸਭ ਤੋਂ ਪਹਿਲੀ ਗਾਜ ਪਾਵਰ ਕਾਮ ਤੇ ਡਿੱਗਦੀ ਇਸ ਦਾ ਖਮਿਆਜਾ ਪੰਜਾਬ ਦੇ ਵਿੱਚ ਬਿਜਲੀ ਖਪਤ ਕਰਨ ਵਾਲੇ ਆਮ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਬਿਜਲੀ ਦੇ ਮਹਿੰਗੇ ਰੇਟਾਂ ਦੇ ਰੂਪ ਵਿੱਚ ਭੁਗਤਣਾ ਪੈਂਦਾ ਪੰਜਾਬ ਵਿੱਚ ਅਗਲੇ ਸਾਲ ਫਰਵਰੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਹਨ ਚੋਣਾਂ ਦੀ ਤਿਆਰੀ ਵਿੱਚ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕੀਮਤ ਤੇ ਇੱਕ ਤੋਂ ਇੱਕ ਵਾਅਦਾ ਕੇ ਲਾਲਚ ਦੇਣੇ ਸ਼ੁਰੂ ਕੀਤੇ ਹਨ ਪੰਜਾਬ ਬਿਜਲੀ ਉਤਪਾਦਨ ਕਰਤਾ ਹੋਣ ਦੇ ਬਾਵਜੂਦ ਬਿਜਲੀ ਦੇ ਰੇਟ ਉੱਤਰ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਨ ਜਿਸ ਕਰਕੇ ਬਿਜਲੀ ਦੇ ਰੇਟ ਉੱਤਰ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੋ ਰਹੇ ਹਨ ਜਿਸ ਕਰਕੇ ਬਿਜਲੀ ਖਪਤਕਰ ਮਹਿੰਗੀ ਬਿਜਲੀ ਦੀ ਮਾਰ ਚੱਲ ਰਹੀ ਹੈ ਨੇ ਹਰਿਆਣਾ ਵਿੱਚ ਘਰੇਲੂ ਖਪਤਕਰ 150 ਜੁੰਟ ਤੱਕ 2.5 ਰੁਪਏ ਤੇ 250 ਜੁੰਟ ਤੱਕ 5 ਰੁਪਏ 25 ਪੈਸੇ ਤੇ 500 ਤੋਂ ਉੱਪਰ 6.5 ਰੁਪਏ ਪ੍ਰਤੀ ਜੁੰਟ ਦੇ ਰਹੇ ਹਨ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਰੇਟ ਕੱਟਨੇ ਪਰ ਪੰਜਾਬ ਦੇ ਵਿੱਚ ਸਭ ਤੋਂ ਰੇਟ ਵਧਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਆ ਕੇ ਐਲਾਨ ਕੀਤਾ ਕਿ ਜੇ ਸੱਤਾ ਵਿੱਚ ਆਉਂਦੇ ਹਨ ਤਾਂ ਸਾਰਿਆਂ ਨੂੰ 300 ਮੁਫਤ ਜੁੰਟ ਬਿਜਲੀ ਦੀ ਦਿੱਤੀ ਜਾਵੇਗੀ। ਰਾਣਾ ਸੋਢੀ ਨੇ ਸੁਨੀਲ ਜਾਖੜ ਵੱਲੋਂ ਲਗਾਏ ਦੋਚਿਆਂ ਨੂੰ ਦੱਸਿਆ ਗਲਤ ਕਿਹਾ ਡੈਮੋਕਰੈਟਿਕ ਕੰਟਰੀ ਹੈ ਕੋਈ ਵੀ ਸਟੇਟਮੈਂਟ ਦੇ ਦਿੰਦਾ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਾਏ ਦੋਚਿਆਂ ਨੂੰ ਝੂਠਾ ਦੱਸਿਆ ਸੋਢੀ ਨੇ ਕਿਹਾ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਜਿਸ ਤੋਂ ਉਸ ਨੂੰ ਡਰਾਉਣਾ ਅ ਡਰਨਾ ਚਾਹੀਦਾ ਸੋਢੀ ਨੇ ਕਿਹਾ ਅੱਜ ਕੱਲ ਕੋਈ ਵੀ ਬਿਆਨ ਦੇ ਦਿੰਦਾ ਹੈ ਡੈਮੋਕ੍ਰੈਟਿਕ ਦੇਸ਼ ਹੋ ਸਕਦਾ ਹੈ ਕਿ ਦੋਸ਼ ਲਾਉਣ ਵਾਲਿਆਂ ਕੋਲੇ ਵਦੇਰੇ ਸਿਆਣਪ ਹੋਵੇ ਇੱਕ ਵਾਰ ਸਰਕਾਰ ਤੋਂ ਪੈਸਾ ਲੈਣਾ ਮੁਸ਼ਕਲ ਹੈ ਤਾਂ ਕੋਈ ਇਸ ਨੂੰ ਦੋ ਵਾਰ ਕਿਵੇਂ ਲੈ ਸਕਦਾ ਇਹੇ ਨੋਟ ਕੀਤਾ ਜਾਣਾ ਚਾਹੀਦਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਗੁਰਮੀਤ ਸਿੰਘ ਸੋਢੀ ਖਿਲਾਫ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਦੂਜੇ ਪਾਸੇ ਕੁਲਬੀਰ ਜੀਰਾ ਨੇ ਤਾਂ ਇਤੋਂ ਤੱਕ ਕਹਿ ਦਿੱਤਾ ਕਿ ਸੋਢੀ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਪੰਜਾਬ ਦੇ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਹੁਣ सीबीआई ਹਵਾਲੇ ਕੈਬਨਟ ਮੰਤਰੀ ਧਰਮਸੋਤ ਲਈ ਖੜੀ ਹੋ ਸਕਦੀ ਹੈ ਮੁਸ਼ਕਲ ਕੇਂਦਰੀ ਸਮਾਜਿਕ ਅਧਿਕਾਰਤਾ ਤੇ ਨਿਆਮ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ 63.91 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ सीबीआई ਕਰੇਗੀ ਇਸ ਘੁਟਾਲੇ ਵਿੱਚ ਨਵੇਂ ਤੱਥ ਨਿਕਲ ਕੇ ਸਾਹਮਣੇ ਆਏ ਹਨ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਹਾਲੇ ਤੱਕ ਅਧਿਕਾਰਕ ਰੂਪ ਨਾਲ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਨਹੀਂ ਦਿੱਤੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੋਸਟ ਮੈਟਰਿਕ ਸਕਾਲਰਸ਼ਿਪ ਘਟਾਲੇ ਇੱਕ ਵਾਰ ਫਿਰ ਜੰंडीगढ़ ਪੰਜਾਬ ਸਰਕਾਰ ਦੇ ਲਈ ਪਰੇਸ਼ਾਨੀ ਖੜੀ ਕਰ ਸਕਦਾ ਹੈ ਸਕਾਲਰਸ਼ਿਪ ਘਟਾਲੇ ਨੂੰ ਲੈ ਕੇ ਰਾਜ ਸੀ ਰਾਸ਼ਟਰੀ ਆਸੀ ਕਮਿਸ਼ਨ ਦੇ ਸਾਹਮਣੇ ਪੰਜਾਬ ਸਰਕਾਰ ਦੇ ਅਧਿਕਾਰੀ ਚਾਰ ਵਾਰ ਪੇਸ਼ ਹੋ ਚੁੱਕੇ ਨੇ ਕਮਿਸ਼ਨ ਪੰਜਾਬ ਸਰਕਾਰ ਤੋਂ ਅਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਸਰਕਾਰ ਦੇ ਵੱਲੋਂ ਤਿੰਨ ਆਈਐਸ ਅਧਿਕਾਰੀਆਂ ਵੱਲੋਂ ਕਾਰਵਾਈ ਜਾਂਚ ਦੀ ਰਿਪੋਰਟ ਮੰਗ ਰਹੇ ਹਨ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਹਰ ਘਰ ਪਾਣੀ ਹਰ ਘਰ ਸਫਾਈ ਮਹਿੰਮ ਦੀ ਸ਼ੁਰੂਆਤ ਦੁਨੀਆ ਭਰ ਦੇ ਵਿੱਚ ਮਨਾਏ ਜਾਣ ਵਾਲੇ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜੀਆ ਸੁਲਤਾਨਾ ਨੇ ਕੁਦਰਤ ਦੀ ਸਭ ਤੋਂ ਨਾਇਾਬ ਦੌਲਤ ਪਾਣੀ ਨੂੰ ਸ਼ੁੱਧ ਰੱਖਣਾ ਤੇ ਕੂੜੇ ਦੀ ਸੰਭਾਲ ਸਾਂਭਦਾ ਸੁਚਾਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸੇਧ ਦਿੰਦਿਆਂ ਕੁਦਰਤੀ ਵਾਤਾਵਰਨ ਦੀ ਸੰਭਾਲ ਕਰਨ ਦੇ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਜਿੱਥੇ ਵਾਤਾਵਰਣ ਗੰਦਲਾ ਹੋ ਰਿਹਾ ਉੱਥੇ ਹੀ ਕੂੜੇ ਦਾ ਸਹੀ ਪ੍ਰਬੰਧਨ ਨਾ ਹੋਣ ਦੇ ਕਾਰਨ ਕੁਦਰਤੀ ਪਾਣੀ ਵੀ ਦੇ ਸੋਮੇ ਵੀ ਦੁਸ਼ਤ ਹੋ ਰਹੇ ਹਨ ਬਹੁਤ ਸਾਰੇ ਜੀਵ ਜੰਤੂ ਰੁੱਖ ਬੂਟੇ ਇਸ ਪ੍ਰਦੂਸ਼ਿਤ ਵਾਤਾਵਰਣ ਦੀ ਪਿੰਡ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਰ ਘਰ ਪਾਣੀ ਹਰ ਘਰ ਸਫਾਈ ਦੀ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੈਪਟਨ ਨੇ ਪੀਐਸਪੀਸੀਲ ਨੂੰ ਅਕਾਲੀ ਭਾਜਪਾ ਸਰਕਾਰ ਸਮੇਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੇ ਦਿੱਤੇ ਨਿਰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕਿਹਾ ਕਿ ਇੱਕ ਪਾਸੜ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਕਿਉਂਕਿ ਬਿਜਲੀ ਕੰਪਨੀਆਂ ਬਿਜਲੀ ਸਪਲਾਈ ਦੇਣ ਦੇ ਸਮਝੌਤਿਆਂ ਤੇ ਖਰੀਆਂ ਹੀ ਨਹੀਂ ਉਤਰ ਸਕੀਆਂ ਘਟ ਘਟ ਰਹੇ ਕਰੋਨਾ ਦੇ ਕੇਸ ਕੇਸਾਂ ਦੇ ਮੱਦੇਨਜ਼ਰ ਕੈਪਟਨ ਨੇ ਪੀਐਮ ਮੋਦੀ ਨੂੰ ਕਰਤਾਰਪੁਰ ਕੋਰਿਡੋਰ ਦੁਬਾਰਾ ਖੋਲਣ ਦੀ ਕੀਤੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਥਿਤੀ ਦੇ ਵਿੱਚ ਹੋਏ ਸੁਧਾਰ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੁੱਲਣ ਤਾਜ਼ਾ ਲੋਕਾਂ ਨੂੰ ਪਾਕਿਸਤਾਨ ਵਿੱਚ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਪ੍ਰਧਾਨ ਮੰਤਰੀ ਨੇ ਲਿਖੇ ਪੱਤਰ ਵਿੱਚ ਕੈਪਟਨ ਨੇ ਕਿਹਾ ਉਹਨਾਂ ਦੀ ਸਰਕਾਰ ਕੋਰੀਡੋਰ ਦੀ ਵਰਤੋਂ ਕਰਦੇ ਅਸ਼ਰਦਾਲਵਾਦੀ ਟੈਸਟਿੰਗ ਅਤੇ ਟੀਕਾਕਰਨ ਸਮੇਤ ਸਹੀ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੇ ਵਿੱਚ ਖੁਸ਼ੀ ਹੋਵੇਗੀ ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਫੈਲਣ ਨਾਲ ਕੋਰੀਡੋਰ ਰਾਹੀਂ ਕਰਤਾਰਪੁਰ ਆਉਣ ਮ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਮਾਰਚ 2020 ਦੇ ਵਿੱਚ ਹੀ ਮੁਲਤਵੀ ਕਰ ਦਿੱਤੀ ਗਈ ਸੀ ਹੌਲੀ ਹੌਲੀ ਸ਼ੁਰੂ ਹੋਣ ਲੱਗੀਆਂ ਕੁਮਾਂਤਰੀ ਉਡਾਨਾਂ ਮਾਲਦੀਵ ਅਤੇ ਮਲੇਸ਼ੀਆ ਸਮੇਤ ਇਹਨਾਂ ਦੇਸ਼ਾਂ ਲਈ ਮਿਲੀ ਇਜਾਜ਼ਤ ਕਰੋਨਾ ਦੀ ਦੂਸਰੀ ਲਹਿਰ ਤੋਂ ਬਾਅਦ ਸਰਕਾਰ ਇੱਕ ਵਾਰ ਫਿਰ ਕੁਮਾਂਤਰੀ ਉਡਾਨਾਂ ਨੂੰ ਚਲਾਉਣ ਦਾ ਮਨ ਬਣਾ ਰਹੀ ਹੈ ਹਾਲਾਂਕਿ ਕੁਮਾਂਤਰੀ ਉਡਾਨਾਂ ਦੀ ਇਜਾਜ਼ਤ ਦੇ ਸਬੰਧਤ ਦੇਸ਼ ਦੀ ਮਨਜ਼ੂਰੀ ਦੀ ਜ਼ਰੂਰਤ ਹੈ ਇਸ ਲਈ ਸਰਕਾਰ ਨੇ ਕਈ ਦੇਚਾਂ ਤੋਂ ਇਸ ਦਿਸ਼ਾ ਵਿੱਚ ਗੱਲਬਾਤ ਕਰ ਰਹੀ ਹੈ ਫਿਲਹਾਲ ਮਲੇਸ਼ੀਆ ਕਤਰਤ ਤੇ ਮਾਲਦੀਵਲੀ 에ਅਰ ਇੰਡੀਆ ਦੀਆਂ ਉਡਾਨਾਂ ਨੂੰ ਜੱਜ ਦੇ ਦਿੱਤੀ ਗਈ ਹੈ ਮਾਲਦੀਪਲੀ 에ਅਰ ਇੰਡੀਆ ਦੀਆਂ ਫਲਾਈਟਾਂ 28 ਜੁਲਾਈ ਤੋਂ ਉਡਾਨ ਭਰੇਗੀ ਦਿੱਲੀ ਮੁੰਬਈ ਤੋਂ ਯਾਤਰੀ ਫਲਾਈਟ ਲੈ ਕੇ ਜਾ ਲੈ ਸਕਣਗੇ ਦੱਖਣੀ ਭਾਰਤ ਤੋਂ ਵੀ ਮਾਲਦੀਪ ਲਈ ਕੁਮਾਂਤਰੀ ਉਡਾਨਾਂ ਪਰਨ ਦੀ ਜੱਜ ਦਿੱਤੀ ਗਈ ਹੈ ਮਲੇਸ਼ੀਆ ਲਈ ਵੀ ਅਗਸਤ ਮਹੀਨੇ ਤੋਂ 에ਅਰ ਇੰਡੀਆ ਦੀ ਫਲਾਈਟ ਉਡਾਨ ਭਰੇਗੀ ਸਕੋਚ ਲਾਇਬ੍ਰੇਰੀ ਨਾਮ ਦੀ ਵਾਈਨ ਸ਼ਾਪ ਖੋਲਣ ਤੇ ਭੜਕੇ ਲੋਕ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ ਅੰਮ੍ਰਿਤਸਰ ਗੁਰੂ ਨਗਰੀ ਵਿੱਚ ਖੁੱਲੀ ਨਵੀਂ ਵਾਈਨ ਸ਼ਾਪ ਦਾ ਨਾਮ ਸਕੌਚ ਲਾਇਬ੍ਰੇਰੀ ਨਾਮ ਰੱਖਣ ਤੇ ਰੋਸ ਪ੍ਰਗਟ ਕਰਦਿਆ ਅੱਜ ਲੋਕ ਭਾਈ ਇਨਸਾਫ ਪਾਰਟੀ ਦੇ ਆਗੂਆਂ ਮਤਲਬ ਇਸ ਦਾ ਵਿਰੋਧ ਕਰਦਿਆ ਸਰਕਾਰ ਨੂੰ ਲਾਂਤ ਪਾਈਆਂ ਗਈਆਂ ਉਹਨਾਂ ਨੇ ਆਖਿਆ ਜੇਕਰ ਅੱਜ ਸ਼ਾਮ ਤੱਕ ਇਸ ਵਾਈਨ ਸ਼ਾਪ ਦਾ ਨਾਮ ਨਾ ਬਦਲਿਆ ਗਿਆ ਤਾਂ ਅਸੀਂ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਾਂਗੇ ਇਸ ਸਬੰਧੀ ਗੱਲਬਾਤ ਕਰਦਾ ਲੋਕ ਭਲਾਈ ਇਨਸਾਫ ਪਾਰਟੀ ਦੇ ਆਗੂ ਮਹਿਤਾਬ ਸਿਰਸਾ ਨੇ ਦੱਸਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੀ ਬਜਾਏ ਸਰਕਾਰ ਸਕੌਚ ਲਾਇਬ੍ਰੇਰੀ ਦੇ ਨਾਮ ਤੇ ਵਾਇਨ ਸ਼ਾਪ ਖੋਲਣ ਦੀ ਪਰਮਿਸ਼ਨ ਦੇ ਰਹੀ ਹੈ ਜਿਸ ਦੇ ਚੱਲਦਿਆਂ ਆਉਣ ਵਾਲੀ ਨਵੀਂ ਪੀੜੀ ਤੇ ਕੀ ਅਸਰ ਪਵੇਗਾ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਡਰਾਈਵਰ ਤੋਂ ਫਿਲਮੀ ਅੰਦਾਜ਼ ਦੇ ਵਿੱਚ ਖੋਹੀ ਇਨੋਵਾ ਗੱਡੀ ਪਿੰਡ ਵਜੀਦੇਕੇ ਕਲਾ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਸਿੱਧੂ ਟਾਬੇ ਤੋਂ ਇੱਕ ਡਰਾਈਵਰ ਕੋਲੋਂ ਕੁਝ ਵਿਅਕਤੀ ਫਿਲਮੀ ਅੰਦਾਜ਼ ਦੇ ਵਿੱਚ ਆ ਨੋਵਾ ਗੱਡੀ ਖੋ ਕੇ ਫਰਾਰ ਹੋ ਗਏ ਹਰੀ ਗਰਗ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬਠਿੰਡਾ ਨੇ ਦੱਸਿਆ ਕਿ ਕਿਰਾਏ ਤੇ ਨੋਵਾ ਗੱਡੀ ਚਲਾਉਂਦਾ ਦੋ ਔਰਤਾਂ ਨੇ ਉਸ ਦੀ ਗੱਡੀ ਵਿੱਚ 3500 ਰੁਪਏ ਚ ਲੁਧਿਆਣਾ ਜਾਣ ਲਈ ਕੀਤੀ ਜਦੋਂ ਦੋਵੇਂ ਔਰਤਾਂ ਨੂੰ ਬਠਿੰਡਾ ਤੋਂ ਲੁਧਿਆਣਾ ਲਿਜਾ ਰਿਹਾ ਸੀ ਤਾਂ ਦੁਪਹਿਰ 3 ਵਜੇ ਦੇ ਕਰੀਬ ਵਜੀਤ ਦੇ ਕੇ ਕਲਾ ਪੂਜਾ ਉਹ ਔਰਤਾਂ ਨੇ ਉਸ ਨੂੰ ਟਾਬੇ ਤੇ ਚਾਹ ਪੀਣ ਲਈ ਰੋਕਿਆ ਟਾਬੇ ਤੇ ਗੱਡੀ ਰੋਕ ਕੇ ਹੇਠਾਂ ਉਤਰੀਆਂ 6-7 ਵਿਅਕਤੀ ਟਾਬੇ ਤੇ ਆਏ ਤੇ ਉਹਨਾਂ ਦੇ ਕੋਲੋਂ ਗੱਡੀ ਦੀਆਂ ਚਾਬੀਆਂ ਖੋਲੀਆਂ ਗਈਆਂ ਉਸ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕਹਿਣ ਲੱਗਿਆ ਸੀ ਬੈਂਕ ਵਾਲਿਆਂ ਤੂੰ ਗੱਡੀ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਰਕੇ ਅਸੀਂ ਗੱਡੀ ਲਵਾ ਰਹੇ ਹਾਂ ਜਦੋਂ ਉਹ ਗੱਡੀ ਦੀਆਂ ਕਿਸ਼ਤਾਂ ਸਬੰਧੀ ਬੈਂਕ ਮੈਨੇਜਰ ਨਾਲ ਗੱਲ ਕਰਨ ਲੱਗਾ ਤਾਂ ਉਕਤ ਨੌਜਵਾਨ ਔਰਤਾਂ ਸਮੇਤ ਗੱਡੀ ਲੈ ਕੇ ਬਰਨਾਲਾ ਦੇ ਵੱਲ ਫਰਾਰ ਹੋ ਗਏ ਪੀੜਤ ਡਰਾਈਵਰ ਨੇ ਦੱਸਿਆ ਕਿ ਗੱਡੀ ਦੇ ਵਿੱਚ 8000 ਰੁਪਏ ਤੇ ਕੁਝ ਹੋਰ ਜ਼ਰੂਰੀ ਕਾਗਜ਼ਤ ਸਨ ਉਸਨੇ ਮੰਗ ਕੀਤੀ ਕਿ ਗੱਡੀ ਦੀ ਭਾਲ ਕੀਤੀ ਜਾਵੇ ਹਰਪਾਲ ਚੀਮਾ ਨੇ ਸ਼ਾਮਸੁੰਦਰ ਅਰੂੜਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਮਰੂੜਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਦਯੋਗ ਮੰਤਰੀ ਦੀ ਸਿੱਧੀ ਮਿਲੀ ਭੁਗਤਾਨ ਨਾਲ ਪੰਜਾਬ ਲਘੂ ਉਦਯੋਗ ਅਤੇ ਨਰਿਆਤ ਨਿਗਮ ਵੱਲੋਂ ਜੀਸੀਟੀ ਇਲੈਕਟ੍ਰੋਨਿਕਸ ਮਹਾਲੀ ਦੀ 31 ਏਕੜ ਜ਼ਮੀਨ ਇੱਕ ਪ੍ਰਾਈਵੇਟ ਡੀਲਰ ਨੂੰ ਘਾਟੇ ਵਿੱਚ ਵੇਚੀ ਗਈ ਜਿਸ ਦੇ ਨਾਲ ਰਾਜ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਝੂਨਾ ਲੱਗਾ ਚੀਮਾ ਨੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਵਿੱਚ ਪੀਐਸ IEC ਵੱਲੋਂ ਉਦਯੋਗਿਕ ਜ਼ਮੀਨ ਵੇਚਣ ਦੇ ਘਟਾਲਾ ਹੋਣ ਤੇ JCT ਇਲੈਕਟ੍ਰੋਨਿਕਸ ਭੂਮੀ ਮਾਮਲੇ ਦੇ ਸਬੰਧਤ ਮਾਮਲਾ ਚੁੱਕਿਆ ਸੀ ਤੇ IAS ਅਧਿਕਾਰੀਆਂ ਨੇ ਇਸ ਕਥਿਤ ਕਮੇਟੀ ਦੇ ਵੱਲੋਂ ਇਸ ਘਟਿਆ ਜਾਂਚ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਇਆ ਸੀ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਫੇਰ ਆਈ ਗਰਾਵਟ ਸੋ ਅੱਜ ਵੱਡੀ ਖਬਰ ਹੈ ਦੀ ਸੋਨੇ ਦੀਆਂ ਕੀਮਤਾਂ 'ਚ ਗਰਾਵਟ ਆਈ ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1000 ਰੁਪਏ ਤੋਂ ਜਿਆਦਾ ਵੀ ਗਰਾਊਂਡ ਦਰਜ ਕੀਤੀ ਗਈ ਹੈ ਚਾਂਦੀ 65000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਪਹੁੰਚ ਗਈ ਹੈ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਸੋਨਾ 46668 ਰੁਪਏ ਪ੍ਰਤੀ 10 ਕਿਲੋਗ੍ਰਾਮ ਤੇ ਬੰਦ ਹੋਇਆ ਸੀ ਇਸ ਦੇ ਨਾਲ ਹੀ ਚਾਂਦੀ 65873 ਰੁਪਏ ਪ੍ਰਤੀ 10000 ਪ੍ਰਤੀ ਕਿਲੋਗ੍ਰਾਮ ਤੇ ਜਿਹੜੀ ਬੰਦ ਹੋਈ ਸੀ ਜਨਮੇਜਾ ਸਿੰਘ ਸੇਖੋਂ ਨੇ ਜੀਰਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ ਜਿਵੇਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਉਸੇ ਤਰ੍ਹਾਂ ਹੀ ਸਿਆਸੀ ਲੀਡਰਾਂ ਦੀਆਂ ਗਤੀਵਿਧੀਆਂ ਤੇਜ਼ ਹੋ ਰਹੀਆਂ ਨੇ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਜੀਰਾ ਤੋਂ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਜਨਵੇਜ ਸਿੰਘ ਸੇਖੋਂ ਨੇ ਜੀਰਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਮੀਟਿੰਗਾਂ ਕੀਤੀਆਂ ਉਹਨਾਂ ਨੇ ਦੱਸਿਆ ਕਿ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਇਹਨਾਂ ਦਾ ਘਾਟ ਵੇਖ ਕੇ ਦੇ ਹੋਏ ਲੱਗਦਾ ਹੈ ਕਿ ਜਿਵੇਂ ਚੋਣ ਜਾਬਤਾ ਲੱਗਿਆ ਹੋਵੇ ਉਹਨਾਂ ਨੇ ਦੱਸਿਆ ਕਿ ਸਿੱਧੂ ਦੀ ਆਮਦ ਨਾਲ ਕੋਈ ਫਰਕ ਨਹੀਂ ਪਵੇਗਾ ਬਲਕਿ ਕਾਂਗਰਸੀਆਂ ਦੀ ਆਪਸੀ ਪੁੱਟ ਨਾਲ ਇਹਨਾਂ ਦਾ ਹੋਰ ਨੁਕਸਾਨ ਹੀ ਹੋਵੇਗਾ Google ਨੇ 1 ਅਕਤੂਬਰ ਤੱਕ ਮੁਲਾਜ਼ਮਾਂ ਦੇ ਦਫ਼ਤਰਾਂ ਉਨਤੇ ਲਾਈ ਪਾਬੰਦੀ Google ਦੇ CEO ਸੁੰਦਰ ਪਚਾਈ ਨੇ ਕਿਹਾ ਕਿ ਕੰਪਨੀ ਦੇ ਨਵੇਂ ਕੋਵਿਡ-19 ਦੇ ਪ੍ਰਕੋਪ ਵਿਚਕਾਰ ਮੁਲਾਜ਼ਮਾਂ ਦੇ ਦਫ਼ਤਰ 'ਚ ਵਾਪਸੀ ਨੂੰ 18 ਅਕਤੂਬਰ ਤੱਕ ਵਧਾ ਦਿੱਤਾ ਗਿਆ ਬੁੱਧਵਾਰ ਨੂੰ ਮੁਲਾਜ਼ਮਾਂ ਨੂੰ ਭੇਜੀਏ ਈਮੇਲ 'ਚ ਪਚਾਈ ਨੇ ਕਿਹਾ ਕਿ ਕੰਪਨੀ ਦੇ ਦਫ਼ਤਰ ਆਉਣ ਵਾਲੇ ਹਰ ਇੱਕ ਵਿਅਕਤੀ ਦਾ ਟੀਕਾਕਰਨ ਜ਼ਰੂਰੀ ਹੋਵੇਗਾ ਜਿਸ ਦੀ ਸ਼ੁਰੂਆਤ ਅਮਰੀਕਾ ਵਿੱਚ ਆਉਣ ਵਾਲੇ ਹਫ਼ਤਿਆਂ 'ਚ ਕੀਤੀ ਜਾਵੇਗੀ ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ 31 ਜੁਲਾਈ ਨੂੰ ਦੇਸ਼ ਭਰ 'ਚੋਂ ਕੱਡੀਆਂ ਜਾਣਗੀਆਂ ਰੈਲੀਆਂ ਇਨ ਸੋਲਨ ਦੀ ਸੌਵੀਂ ਬਰੇ ਗੰਡ ਦੇ ਮੌਕੇ ਖੋਜ ਬਾਰੇ ਜਾਗਰੂਕ ਕਰਨ ਦੇ ਲਈ ਡਾਇਬੀਟਿਸ ਕੈਨੇਡਾ ਦੇ ਸਮਰਥਨ ਵਿੱਚ 31 ਜੁਲਾਈ ਨੂੰ ਕੈਨੇਡਾ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਦੇਸ਼ ਭਰ ਦੇ ਵਿੱਚ ਰੈਲੀਆਂ ਕੱਡੀਆਂ ਜਾਣਗੀਆਂ ਇਸ ਲੜੀ ਦੇ ਤਹਿਤ ਸਿੱਖ ਮੋਟਰਸਾਈਕਲ ਕਲੱਬ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਢੀ ਜਾਣ ਵਾਲੀ ਰੈਲੀ ਐ ਬੈਸਟਫੋਰਡ ਦੇ 33 099 ਸਾਊਥ ਫੇਸ ਦੇ ਵੇ ਤੋਂ ਸਥਿਤ ਗੁਰਦੁਆਰਾ ਸਾਹਿਬ ਦੇ ਇੱਕ ਸਿੱਖ ਟੈਂਪਲ ਤੋਂ ਸਵੇਰੇ 7:00 ਵਜੇ ਸ਼ੁਰੂ ਹੋ ਕੇ ਸਰੀ 1525568 ਵੈਨਿਊ ਵਿਖੇ ਸਥਿਤ ਗੁਰਦੁਆਰਾ ਦੁਖਨਵਾਰਨ ਸਾਹਿਬ ਜਾ ਕੇ ਸਮਾਪਤ ਹੋਵੇਗੀ ਇਸ ਰੈਲੀ 'ਚੋਂ 50 ਤੋਂ ਵੱਧ ਮੋਟਰਸਾਈਕਲ ਸ਼ਾਮਲ ਹੋਣ ਦੀ ਸੰਭਾਵਨਾ ਹੈ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਵੱਲੋਂ ਸੱਦੀ ਮੀਟਿੰਗ ਦਾ ਮਕਸਦ ਆਪਣੇ ਆਕਾਮਾਂ ਨੂੰ ਖੁਸ਼ ਕਰਨਾ ਭਾਈ ਰਣਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਝ ਗਿਣੀਆਂ ਚੁਣੀਆਂ ਜਥੇਬੰਦੀਆਂ ਨੂੰ ਬੁਲਾ ਕੇ ਸੱਦੀ ਗਈ ਮੀਟਿੰਗ ਦਾ ਮੁੱਖ ਮਕਸਦ ਪੰਥਕ ਜਥੇਬੰਦੀਆਂ ਨੂੰ ਹਾਸ਼ੀਏ ਦੇ ਵੱਲ ਧੱਕ ਕੇ ਆਪਣੇ ਆਕਾਮਾਂ ਬਾਦਲਾਂ ਨੂੰ ਕੁਝ ਖਬਰਨਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਦੇ ਸੀਨੀਅਰ ਮੀਤ ਪ੍ਰਧਾਨ ਪਾਈ ਰਣਜੀਤ ਸਿੰਘ ਨੇ ਕੀਤਾ ਉਹਨਾਂ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਮੁੜ ਸੱਤਾ ਵਿੱਚ ਲਿਆਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਰਾਜਨੇਤਾਵਾਂ ਵਾਂਗ ਸਿਆਸਤ ਖੇਡ ਰਹੇ ਹਨ ਉਹਨਾਂ ਨੇ ਕਿਹਾ ਜੇਕਰ ਗਿਆਨੀ ਜੀ ਤੇ ਬੀਬੀ ਜੀ ਸੱਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਘਟਨਾਵਾਂ ਪ੍ਰਤੀ ਗੰਭੀਰ ਹੁੰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਈ 428 ਰੁਪਿਆਂ ਦੀ ਵਿਅਦਬੀ ਦਾ ਮੁੱਦਾ ਕਿਉਂ ਨਹੀਂ ਉਠਾਇਆ ਗਿਆ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਭਾਗੀਕੇ ਦਾ ਕਿਸਾਨ ਜਥੇਬੰਦੀਆਂ ਨੇ ਡਟਵਾ ਕੀਤਾ ਵਿਰੋਧ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌੜ ਭਾਗੀਕੇ ਦਾ ਵੱਲੋਂ ਵਦਨੀਕਲਾ ਦੇ ਪਿੰਡਾਂ ਅਧੀਨ ਆਉਣ ਵਾਲੀਆਂ ਚੋਂ ਪੰਚਾਇਤੀ ਚੋਣਾਂ ਚੋਂ ਅਪੰਚਾਇਤਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਚ ਪਿੰਡ ਦੇ ਮੋਤਵਾਰ ਵਿਅਕਤੀਆਂ ਨਾਲ ਮੀਟਿੰਗ ਰੱਖੀ ਗਈ ਜਿਉਂ ਹੀ ਕਿਸਾਨ ਜਥੇਬੰਦੀ ਦੇ ਸ ਮੀਟਿੰਗ ਦੀ ਢਿਣਕ ਲੱਗੀ ਤਾਂ ਪਹਿਲਾ ਵੱਡੇ ਗੁਰਦੁਆਰਾ ਸਾਹਿਬ ਵਿੱਚ ਇਕੱਠ ਕੀਤਾ ਫਿਰ ਨਵੀਆਂ ਨਾਜ ਮੰਡੀ ਵਿੱਚ ਜਾ ਕੇ ਸੂਬਾ ਸਰਕਾਰ ਅਤੇ ਵਿਭਾਗੀ ਕੇ ਖਿਲਾਫ ਨਾਰੇ ਬਾਦੀ ਸ਼ੁਰੂ ਕਰ ਦਿੱਤੇ ਖੇਤੀਬਾੜੀ ਸਣੇ 5 ਖੇਤਰਾਂ ਚੋਂ ਨਕਲੀ ਚੀਜ਼ਾਂ ਦੀ ਪਰਮਾਰ ਆਰਥਿਕ ਤਾਨ ਨੂੰ 1.17 ਲੱਖ ਕਰੋੜ ਦਾ ਨੁਕਸਾਨ ਦੇਸ਼ ਦੇ ਵਿੱਚ ਨਕਲੀ ਚੀਜ਼ਾਂ ਦੇ ਵਪਾਰ ਨੇ ਸਭ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ ਇਹ ਨਕਲੀ ਚੀਜ਼ਾਂ ਖੇਤੀਬਾੜੀ ਦੇ ਨਿਰਮਾਣ ਉਪਕਰਨਾਂ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਵਿਕ ਰਹੀਆਂ ਨੇ ਇਸ ਸਮੱਸਿਆ ਤੋਂ ਸਮਾਨ ਬਣਾਉਣ ਦੇ ਲਈ ਨਿਰਮਾਤਾਵਾਂ ਨੂੰ ਪਰੇਸ਼ਾਨ ਕਰਨ ਹਨ ਤੇ ਉਹਨਾਂ ਨੇ ਨਕਲੀ ਉਤਪਾਦਨ ਦੇ ਵਪਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ ਦੱਸਦੀ ਹੈ ਫਿੱਕੀ ਕੈਸਟਰਡ ਦੀ ਇੱਕ ਰਿਪੋਰਟ ਦੇ ਅਨੁਸਾਰ ਪੂੰਜੀਗਤ ਸਮਾਨ ਮਸ਼ੀਨਰੀ ਦੇ ਪੁਰਜ਼ੇ ਇਲੈਕਟ੍ਰੋਨਿਕਸ ਅਤੇ ਟਿਕਾਊ ਸਮਾਨ ਸਮੇਤ ਪੰਜ ਪ੍ਰਮੁੱਖ ਖੇਤਰਾਂ ਵਿੱਚ ਤਸਕਰੀ ਦੀ ਨਕਲੀ ਸਮਗਰੀ ਕਾਰਨ ਭਾਰਤੀ ਆਰਥਿਕਤਾ ਨੂੰ 1.17 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ ਨਕਲੀ ਚੀਜ਼ਾਂ ਦੀ ਵਿਕਰੀ 2022 ਤੱਕ ਵਿਸ਼ਵ ਪੱਧਰ ਤੇ ਦੁੱਗਣਾ ਹੋ ਕੇ 101.7 ਕਰੋੜ ਤੱਕ ਜਾਣ ਦਾ ਖਦਸ਼ਾ ਇਸ ਲਈ ਮੁਸੀਬਤ ਤੋਂ ਅਸ਼ੂਤਾ ਭਾਰਤਵਣੀਆਂ ਨਕਲੀ ਸਮਾਨ ਦੀ ਵਿਕਰੀ ਭਾਰਤ ਚੋ ਵੀ ਤੇਜ਼ੀ ਨਾਲ ਵਧ ਰਹੀ ਆ ਕਿਸ ਨੇ ਕਦੋਂ ਕਿਉਂ ਲੈ ਕਰਜ਼ਾ ਜਵਾਬ ਮੰਗਦਾ ਪੰਜਾਬ ਮੁੱਖ ਮੰਤਰੀ ਦੇ ਸ਼ਹਿਰ ਚ ਲੱਗੇ ਬੋਰਡ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਵੱਖ-ਵੱਖ ਸਰਕਾਰਾਂ ਦੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਦਾਅਵੇ ਕਰ ਰਹੇ ਨੇ ਬੋਰਡ ਲਾਏ ਗਏ ਹਨ ਹੁਣ ਪੰਜਾਬ ਦੇ ਸਿਰ ਕਰੋੜਾ ਰੁਪਏ ਦੇ ਕਰਜ਼ੇ ਵਾਲੇ ਬੋਰਡ ਲੱਗ ਗਏ ਨੇ ਬਿਨਾ ਕਿਸੇ ਨਾਂ ਤੋਂ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਲੱਗੇ ਬੋਰਡਾਂ ਤੇ ਚਰਚਾ ਦਾ ਵਿਸ਼ਾ ਬਣ ਗਏ ਨੇ ਇਹੇ ਬੋਰਡ ਲਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ ਆ ਬੋਰਡ ਉਤਾਰਨ ਦੀ ਕਵਾਇਦ ਸ਼ੁਰੂ ਹੋ ਗਈ ਆ ਬੋਰਡ ਤੇ ਲਿਖਿਆ ਗਿਆ ਪੰਜਾਬ ਦੇ ਅਸਲ ਮੁੱਦਾ ਪੰਜਾਬ ਦੇ ਸਿਰ ਕੁੱਲ ਕਰਜ਼ਾ 3 ਲੱਖ ਕਰੋੜ ਕਰਜ਼ੇ ਦੀ ਸਾਲਾਨਾ ਵਿਆਜ 20000 ਕਰੋੜ ਕਦੋਂ ਕਿਸ ਨੇ ਕਿਉਂ ਲਿਆ ਕਰਜ਼ਾ ਕਿਵੇਂ ਕਦੋਂ ਕੌਣ ਉਤਾਰੇਗਾ ਕਰਜ਼ਾ ਜਵਾਬ ਮੰਗਦਾ ਪੰਜਾਬ ਤੇ ਬੋਰਡ ਦੇ ਛੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਟੂ ਬੀ ਕੰਟੀਨਿਊ ਇਸ ਤੋਂ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬੂੜ ਲਾਏ ਜਾਣਗੇ। ਸੋ ਦੋਸਤੋ ਅਗਲੀ ਵੱਡੀ ਖਬਰ ਆ ਜੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਨੂੰ ਦਿੱਤੀ ਨਸੀਹਤ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲੇ ਨੂੰ ਦੇਖਦੇ ਹੋਏ ਹਾਈ ਕਮਾਂਡ ਦੇ ਵੱਲੋਂ ਪੰਜਾਬ ਦੀ ਨਵੀਂ ਟੀਮ ਨੂੰ ਨਸੀਹਤ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਆ ਜੀ ਕੈਨੇਡਾ ਤੋਂ ਆ ਰਹੀ ਆ ਵੱਡੀ ਖਬਰ ਖਿੱਚੋ ਹੁਣ ਕੈਨੇਡਾ ਘੁੰਮਣ ਦੀ ਤਿਆਰੀ ਸੋ ਬੀਤੇ ਕੀਤੇ ਨਾ ਕਿਤੇ ਕਰੋਨਾ ਦੇ ਕਰੋਨਾ ਨੇ ਰਿਸ਼ਤਿਆਂ ਨੂੰ ਵੀ ਦੂਰੀ ਪਾਈ ਹੋਈ ਸੀ ਅਜਿਹੇ ਵਿੱਚ ਬਹੁਤ ਲੋਕਾਂ ਨੇ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਜਾ ਕੇ ਘੁੰਮਣ ਫਿਰਨ ਦਾ ਪ੍ਰੋਗਰਾਮ ਸੀ ਪਰ ਕੋਰੋਨਾ ਕਾਰਨ ਲੱਗੇ ਲਾਕਡਾਊਨ ਨੇ ਸਭ ਕੁਝ ਖਰਾਬ ਕਰ ਦਿੱਤਾ ਹੁਣ ਲੰਬੇ ਸਮੇਂ ਦੇ ਬਾਅਦ ਕੈਨੇਡਾ ਜਾਣ ਵਾਲਿਆਂ ਦੀ ਖੁਸ਼ਖਬਰੀ ਹੈ 7 ਸਤੰਬਰ ਤੋਂ ਅੰਤਰਰਾਸ਼ਟਰੀ ਸੈਰਸਪਟਾ ਲਈ ਹੱਦਾ ਖੁੱਲ ਜਾਣਗੀਆਂ ਭਾਰਤ ਚੂ ਹਾਕੀ ਦੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਹਰਾ ਕੇ ਕੁਆਰਟਰ ਫਾਈਨਲ ਦੇ ਵਿੱਚ ਪਹੁੰਚਿਆ ਨਵਜੋਤ ਸਿੱਧੂ ਰਾਹਲ ਗਾਂਧੀ ਨੂੰ ਪੰਜਾਬ ਬਾਰੇ ਦੇਣਗੇ ਰਿਪੋਰਟ ਪੰਜਾਬ ਦੇ ਦੋ ਮੰਤਰੀਆਂ ਨਾਲ ਦਿੱਲੀ ਪਹੁੰਚੇ ਅੱਜ ਮੁਲਾਕਾਤ ਸੰਭਵ ਸੋ ਇਹ ਵੱਡੀ ਜਾਣਕਾਰੀ ਦਿੱਲੀ ਤੋਂ ਹੁਣੇ-ਹੁਣੇ ਰਿਸੀਵ ਹੋਈ ਹੈ ਪੰਜਾਬ ਸਰਕਾਰ ਸਮੇਤ ਡੀਜੀਪੀ ਐਸਐਸਪੀ ਮਾਨਸਾ ਨੂੰ ਹਾਈ ਕੋਰਟ ਦਾ ਨੋਟਿਸ ਗੈਰ ਕਾਨੂੰਨੀ ਹਿਰਾਸਤ ਚ ਬੁਰੀ ਤਰ੍ਹਾਂ ਟਾਰਚਰ ਕਰਨ ਨੌਜਵਾਨ ਨੂੰ ਹੋ ਗਿਆ ਸੀ ਲਕਵਾ ਮਾਨਸਾ ਨੂੰ ਪਿਛਲੇ ਸਾਲ ਜੂਨ 18 ਨੂੰ ਪਵਨ ਕੁਮਾਰ ਦੇ ਵਿਕਤੀ ਨਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਘਰੋਂ ਚੁੱਕ ਕੇ ਥਾਣੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬੁਰੀ ਤਰ੍ਹਾਂ ਟਾਰਚਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਲਕਵੇ ਦਾ ਸ਼ਿਕਾਰ ਹੋ ਗਿਆ ਇਸ ਮਾਮਲੇ ਚ ਹੁਣ ਪਰਮਣ ਕੁਮਾਰ ਨੇ 10 ਲੱਖ ਰੁਪਏ ਦਾ ਮੁਆਵਜ਼ਾ ਦੇਤੇ ਜਾਣ ਤੇ ਦੂਸਰੀ ਅਧਿਕਾਰੀਆਂ ਖਿਲਾਫ ਕਾਰਵਾਈ ਲਈ ਹਾਈ ਕੋਰਟ ਤੋਂ ਮੰਗ ਕੀਤੀ ਜਸਟਿਸ ਲੀਜਾ ਨੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਸਮੇਤ ਡੀਜੀਪੀ ਐਸਐਸਪੀ ਮਾਨਸਾ ਤੇ ਸਬੰਧਤ ਐਸਐਚਯੂ ਨੂੰ 1 ਨਵੰਬਰ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪੰਜਾਬ ਪੁਲਿਸ ਦਾ ਨਵੇਕਲਾ ਮਾਮਲਾ ਏਐਸਆਈ ਦਾ ਫਰਮਾਨ ਮੀ ਪਿਆ ਰਿਹਾ ਨਹੀਂ ਦਰਜ ਹੋ ਸਕਦਾ ਕਿਸੇ ਕਿਸੇ ਅਪਰਾਧਿਕ ਮਾਮਲੇ ਵਿੱਚ ਪੁਲਿਸ ਤੋਂ ਇੱਕ ਅੰਦੀਤਾ ਸੁਣੀ ਆਖੇ ਜਾਂਚ ਜਾਰੀ ਹੈ ਪਰ ਨਵੇਕਲਾ ਮਾਮਲਾ ਪਹਿਲਾ ਸਾਹਮਣੇ ਆ ਜਿੱਥੇ ਪੁਲਿਸ ਨੇ ਦਲੀਲ ਦਿੱਤੀ ਹੈ ਕਿ بارش ਪੈ ਰਹੀਆ ਕੇਸ ਦਰਜ ਨਹੀਂ ਕੀਤਾ ਜਾ ਸਕਦਾ ਮੋਬਾਈਲ ਖੋਬਾਜੀ ਦੇ ਨਾਲ ਜੁੜਿਆ ਹੋਇਆ ਦੋ ਮੁਲਜ਼ਮਾਂ ਰਣਵੀਰ ਤੇ ਜਸ਼ਨਪ੍ਰੀਤ ਨੂੰ ਮੌਕੇ ਤੇ ਫੜ ਲਿਆ ਗਿਆ ਸੀ ਪਰ 24 ਘੰਟੇ ਬਾਅਦ ਵੀ ਮੁਕਦਮਾ ਦਰਜ ਨਹੀਂ ਕੀਤਾ ਗਿਆ ਪੱਤਰਕਾਰ ਨੇ ਇਸ ਬਾਰੇ ਪੁੱਛਿਆ ਤਾਂ ਪੁਲਿਸ ਚੌਕੀ ਬਸੱਡਾ ਦੇ ਇੰਚਾਰਜ ਦੇ ਐਸੇ ਗੱਜਣ ਸਿੰਘ ਗੱਜਣ ਨੇ ਕਿਹਾ ਕਿ ਮੰਗਲਵਾਰ ਨੂੰ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਸਾਬੁੱਧਵਾਰ ਨੂੰ ਮੀਂਹ ਪੈ ਰਿਹਾ ਇਸ ਕਰਕੇ ਐਫ ਆਈ ਆਰ ਦਰਜ ਨਹੀਂ ਹੋਈ ਵੀਰਵਾਰ ਨੂੰ ਕੇਸ ਦਰਜ ਕਰਕੇ ਕਾਪੀ ਦੁਬਈ ਦੇ ਵਿੱਚ ਰਚੀ ਗਈ ਸੀ ਗੁਰਲਾਲ ਪਹਿਲਵਾਨ ਦੀ ਕਤਲ ਦੀ ਸਾਜ਼ਿਸ਼ ਤੋਂ ਵੱਡੀ ਖਬਰ ਆ ਗੈਂਗਸਟਰ ਦਵਿੰਦਰ ਬੀਹਾ ਬੀਹਾ ਗਰੋ ਦੇ ਬਦਮਾਸ਼ਾਂ ਦੇ ਇਸ਼ਾਰੇ ਤੇ ਇੰਡਸਟਰੀਅਲ ਏਰੀਆ ਦੇ ਵਿੱਚ ਦੇਰ ਰਾਤ ਨਿਸ਼ਾਨੇ ਪਾਜਣੇ ਗੁਰਲਾਲ ਨੂੰ 10 ਗੋਲੀਆਂ ਮਾਰੀਆਂ ਸਨ ਪ੍ਰਗਟਾਵਾ ਰਮਾਂਡ ਦੇ ਵਿੱਚ ਮੁਲਜ਼ਮ ਚਮਕੌਰ ਉਰਫ ਬਿਆਨਤ ਨੇ ਕੀਤਾ ਹੈ 8 ਘੰਟਿਆਂ ਦੇ ਵਿੱਚ ਹੋਈ 80 ਮਿਲੀਲੀਟਰ ਬਾਰਿਸ਼ ਅੱਜ ਵੀ ਰੋਕ ਰੋਕ ਕੇ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ 1 ਅਗਸਤ ਤੱਕ ਰੋਜ਼ਾਨਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਮੀਂਹ ਦੀ ਚੇਤਾਵਨੀ ਦਿੱਤੀ ਸੋ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਜੀ ਪਾਰਲੀਮੈਂਟ ਤੋਂ ਚੁਣੇ ਹੋਏ ਪ੍ਰਤੀਨਿਧਾਂ ਦੀ ਆਵਾਜ਼ ਬੰਦ ਕਰਨੀ ਜਾਇਜ਼ ਨਹੀਂ ਸੋ ਇਹ ਵੀ ਬਿਗ ਬ੍ਰੇਕਿੰਗ ਨਿਊਜ਼ ਪਾਰਲੀਮੈਂਟ ਦੇ ਵਿੱਚ ਉਹ ਹੀ ਆ ਰਹੀ ਆ ਤੇ ਕੈਟ ਦਾ ਵੱਡਾ ਬਿਆਨ 15 ਅਗਸਤ ਨੂੰ ਦਿੱਲੀ ਵਿੱਚ ਝੰਡਾ ਲਹਿਰਾਉਣਗੇ ਕਿਸਾਨ ਭਾਵੇਂ ਡਰੋਣੀ ਕਿਉਂ ਨਾ ਲੈਣੀ ਪਵੇ ਮਦਦ ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਤੋਂ ਬਾਅਦ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਟਿਕਟ ਨੇ ਇੱਕ ਵਾਰ ਫੇਰ ਆਵਾਜ਼ ਬੁਲੰਦ ਕੀਤੀ ਹੈ 15 ਅਗਸਤ ਨੂੰ ਕਿਸਾਨ ਦਿੱਲੀ ਦੇ ਵਿੱਚ ਝੰਡਾ ਲਹਿਰਾਉਣਗੇ ਜੋ ਕੁਝ ਵੀ ਮਰਜ਼ੀ ਹੋ ਜਾਵੇ ਹੁਣ ਹਵਾਈ ਮਾਰਗਾਂ ਹੀ ਜਾਣ ਦੀ ਵੀ ਤਿਆਰੀ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਝੰਡਾ ਲਹਿਰਾਉਣਾ ਚਾਹੁੰਦੇ ਹਨ ਤਾਂ ਦਿੱਲੀ ਸਰਹੱਦ ਦੇ ਬਾਹਰ ਕਿਸੇ ਵੀ ਪਿੰਡ ਵਿੱਚ ਪੰਜ ਗੱਜ ਜ਼ਮੀਨ ਵੀ ਨਹੀਂ ਹੈ ਉੱਥੇ ਝੰਡਾ ਲਹਿਰਾਉਣ ਦਾ ਮੌਕਾ ਮਿਲ ਸਕੇ ਧੰਨਵਾਦ